ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਜੈਕਰ ਪ੍ਰੋਗਰਾਮ ਵਿੱਚ ਸਵਾਗਤ ਹੈ। ਅਤੇ ਲਓ ਜੀ, ਅੱਜ ਅਸੀਂ ਪਾਲਕ ਪਨੀਰ ਬਣਾਉਣ ਜਾ ਰਹੇ ਹਾਂ। ਤੁਸੀਂ ਵੀ ਪਾਲਕ ਪਨੀਰ ਬਣਾਉਂਦੇ ਹੋ, ਬਟ ਇਹ ਬਿਲਕੁਲ ਹੀ ਡਿਫਰੈਂਟ ਜੀ ਰੈਸਪੀ ਹੈ। ਇਸ ਨੂੰ ਜਦੋਂ ਤੁਸੀਂ ਬਣਾਓਗੇ, ਉਸਦੇ ਬਾਅਦ ਤੁਹਾਨੂੰ ਅਹਿਸਾਸ ਹੋਏਗਾ ਵੀ ਵਾਕਈ ਇਹ ਬਹੁਤ ਹੀ ਡਿਫਰੈਂਟ ਰੈਸਪੀ ਹੈ। ਇਹ ਬਿਲਕੁਲ ਹੀ ਜਿਸ ਤਰ੍ਹਾਂ ਤੁਸੀਂ ਆਮ ਸ਼ਾਦੀਆਂ ਦੇ ਵਿੱਚ ਜਿਹੜਾ ਇਹ ਪਾਲਕ ਪਨੀਰ ਖਾਂਦੇ ਹੋ, ਉਹੀ ਚੀਜ਼ ਇਹ ਬਣੇਗੀ। ਅਤੇ ਉਮੀਦ ਹੈ ਤੁਸੀਂ ਇਸ ਨੂੰ ਜ਼ਰੂਰ ਬਣਾਓਗੇ। ਅਤੇ ਲਓ ਜੀ, ਸਾਰੇ ਜਣੇ ਸਮੱਗਰੀ ਅਤੇ ਵਿਧੀ ਇਸਦੀ ਨੋਟ ਕਰੋ। 1 ਕਿਲੋ ਸਾਡੇ ਕੋਲ ਪਾਲਕ ਹੈ, ਉਸਨੂੰ ਅਸੀਂ ਧੋ ਕੇ ਕੱਟ ਕੇ ਰੱਖਿਆ ਹੋਇਆ ਹੈ। ਅਤੇ ਸਾਡੇ ਕੋਲ ਜਿਹੜਾ ਹੈ ਪਾਈਆ ਪਨੀਰ ਹੈ, ਉਸਦੇ ਅਸੀਂ ਕਿਊਬਸ ਕੱਟੇ ਹੋਏ ਨੇ, ਥੋੜ੍ਹੀ ਜਿਹੀ ਕਰੀਮ, ਥੋੜ੍ਹਾ ਜਿਹਾ ਦਹੀਂ, ਅਤੇ 1 ਗਲਾਸ ਸਾਡੇ ਕੋਲ ਦੁੱਧ ਹੈ, 2 ਸਾਡੇ ਕੋਲ ਪਿਆਜ਼ ਅਤੇ 3 ਟਮਾਟਰ ਦਾ ਪੇਸਟ ਅਸੀਂ ਤਿਆਰ ਕਰਕੇ ਰੱਖਿਆ ਹੋਇਆ ਹੈ, ਥੋੜ੍ਹਾ ਜਿਹਾ ਬਟਰ ਹੈ, ਅਤੇ ਜਿਹੜੇ ਸਾਡੇ ਸਪਾਈਸਿਸ ਹੈ ਉਹ ਅਸੀਂ ਨਮਕ, ਮਿਰਚ, ਹਲਦੀ, ਜੀਰਾ ਪਾਊਡਰ, ਕਸੂਰੀ ਮੇਥੀ, ਉਹ ਅਸੀਂ ਰੱਖੇ ਹੋਏ ਹੈ। ਹਾਂਜੀ, ਅਸੀਂ ਗਰਮ ਪਾਣੀ ਲੈ ਲੈਣਾ ਹੈ, ਉਸਨੂੰ ਜਦੋਂ ਚੰਗੀ ਤਰ੍ਹਾਂ ਉਬਾਲਾ ਆ ਜਾਏ, ਉਸਦੇ ਵਿੱਚ ਜਿਹੜੀ ਅਸੀਂ ਪਾਲਕ ਹੈ ਆਪਣੀ, ਉਸਨੂੰ ਵਿੱਚ ਪਾ ਦੇਣਾ, ਸਿਰਫ ਪਾਲਕ ਨੂੰ ਪਾਉਣਾ। ਜਦੋਂ ਇਹ ਪੂਰੇ ਅੱਛੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਹੋ ਜਾਏ, ਫਿਰ ਅਸੀਂ ਇਸਨੂੰ ਬਾਹਰ ਨਿਕਾਲ ਲਾਂਗੇ ਅਤੇ ਗ੍ਰਾਇੰਡ ਕਰ ਲਾਂਗੇ। ਬਸ ਇੰਨਾ ਕੀ ਕੰਮ ਕਰਨਾ, ਤੁਸੀਂ ਜ਼ਿਆਦਾ ਨਹੀਂ ਇਸਨੂੰ ਕੁਛ ਕਰਨਾ। ਸਿਰਫ ਗਰਮ ਪਾਣੀ ਦੇ ਵਿੱਚੋਂ ਦੀ ਅਸੀਂ ਇਸਨੂੰ ਸਿਰਫ ਨਿਕਾਲਣਾ, 2 ਤੋਂ 3 ਮਿੰਟ ਦੇ ਅੰਦਰ ਅੰਦਰ ਇਹ ਸਾਡੀ ਬਣ ਜਾਏਗੀ। ਪਾਣੀ ਹੈ ਅੱਛੀ ਤਰ੍ਹਾਂ ਮਿਕਸ ਹੋ ਜਾਏਗਾ, ਉਸਦੇ ਨਾਲ ਇਹ ਸਿਰਫ ਇਹ ਸੌਫਟ ਹੋ ਜਾਏਗੀ ਅਤੇ ਅੱਛੀ ਤਰ੍ਹਾਂ ਗਲੇਗੀ ਵੀ। ਗਰਮ ਗਰਮ ਪਾਣੀ ਦੇ ਵਿੱਚੋਂ ਕੱਢ ਕੇ, ਵਾਰ ਵਾਰ ਮੈਂ ਤੁਹਾਨੂੰ ਦੱਸਦੀ ਹਾਂ, ਗਰਮ ਗਰਮ ਪਾਣੀ ਦੇ ਵਿੱਚੋਂ ਕੱਢ ਕੇ ਇਸਨੂੰ ਫਿਰ ਬਾਹਰ ਨਿਕਾਲ ਕੇ ਗ੍ਰਾਇੰਡ ਕਰ ਲੈਣਾ, ਇਸਦਾ ਪੇਸਟ ਤਿਆਰ ਕਰ ਲੈਣਾ। ਇਸਨੂੰ ਪਾਲਕ ਨੂੰ ਕਦੇ ਵੀ ਟੱਕ ਕੇ ਨਹੀਂ ਪਕਾਉਣਾ, ਕਿਉਂਕਿ ਨਹੀਂ ਤਾਂ ਇਸਦਾ ਜਿਹੜਾ ਹੈ ਕਲਰ ਚੇਂਜ ਹੋ ਜਾਏਗਾ। ਜਦੋਂ ਇਹਦੇ ਵਿੱਚ ਇੱਕ ਅੱਛੀ ਤਰ੍ਹਾਂ ਉਬਾਲਾ ਆ ਜਾਏ, ਉਸਦੇ ਬਾਅਦ ਤੁਸੀਂ ਗੈਸ ਕਰ ਦਿਓ ਬੰਦ ਅਤੇ ਇਸ ਪਾਲਕ ਨੂੰ ਪਾਣੀ ਦੇ ਵਿੱਚੋਂ ਨਿਕਾਲ ਲਓ। ਅੱਛੀ ਤਰ੍ਹਾਂ ਛਾਣ ਲਓ, ਪਾਣੀ ਇਸਦਾ ਅਲੱਗ ਹੋ ਜਾਏ। ਅਤੇ ਪਾਣੀ 'ਚੋਂ ਅਸੀਂ ਸਾਰੀ ਪਾਲਕ ਨਿਕਾਲ ਲਈ ਹੈ, ਹੁਣ ਅਸੀਂ ਇਸਦਾ ਇੱਕ ਪੇਸਟ ਤਿਆਰ ਕਰਾਂਗੇ। ਲਓ ਜੀ, ਅਸੀਂ ਇਸਦਾ ਪੇਸਟ ਜਿਹੜਾ ਹੈ ਪਾਲਕ ਦਾ ਤਿਆਰ ਕਰ ਲਿਆ ਹੈ, ਅਤੇ ਹੁਣ ਅਸੀਂ ਆਪਣਾ ਜਿਹੜਾ ਮਸਾਲਾ ਹੈ ਉਹ ਤਿਆਰ ਕਰਾਂਗੇ। ਕੜਾਹੀ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਆਪਣਾ ਆਇਲ ਪਾਵਾਂਗੇ, ਆਇਲ ਐਡ ਕਰਾਂਗੇ। ਟਮਾਟਰ ਅਤੇ ਜਿਹੜਾ ਪਿਆਜ਼ ਦਾ ਪੇਸਟ ਪਾਵਾਂਗੇ। ਇਸਨੂੰ ਚੰਗੀ ਤਰ੍ਹਾਂ ਭੁੰਨਾਂਗੇ ਪੇਸਟ ਨੂੰ। ਇੱਕ ਚਮਚ ਅਸੀਂ ਇਸਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ। ਅੱਛੀ ਤਰ੍ਹਾਂ ਮਸਾਲਾ ਜਿਹੜਾ ਭੁੱਜ ਜਾਏਗਾ, ਫਿਰ ਇਸਦੇ ਵਿੱਚ ਅਸੀਂ ਜਿਹੜੇ ਹੈ ਆਪਣੇ ਨਮਕ, ਮਿਰਚ, ਹਲਦੀ ਪਾਊਡਰ ਉਹ ਐਡ ਕਰਾਂਗੇ। ਇੱਕ ਚਮਚ ਨਮਕ, 1 ਚਮਚ ਲਾਲ ਮਿਰਚ, ਅੱਧਾ ਕੁ ਚਮਚ ਜਿਹੜੇ ਹਲਦੀ ਪਾਵਾਂਗੇ, 1 ਚਮਚ ਜੀਰਾ ਪਾਊਡਰ, 3 ਜੀ ਦੇਗੀ ਮਿਰਚ ਪਾਵਾਂਗੇ, 3 ਜੀ ਕਸੂਰੀ ਮੇਥੀ ਇਸਦੇ ਵਿੱਚ ਐਡ ਕਰਾਂਗੇ ਅਸੀਂ। ਹੁਣ ਇਹਨਾਂ ਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਜਦੋਂ ਅੱਛੀ ਤਰ੍ਹਾਂ ਇਹਦੇ ਵਿੱਚ ਜਿਹੜਾ ਹੈਗਾ ਘਿਓ ਛੱਡ ਜਾਏਗਾ, ਉਸਦੇ ਬਾਅਦ ਅਸੀਂ ਇਸਦੇ ਵਿੱਚ ਪਾਲਕ ਐਡ ਕਰਾਂਗੇ।
मसाले ने ऑयल छड़ दिता है। देखो हूँ अभी इस पालक ऐड करांगे। चंगी तरह मिक्स करांगे। इसके असं पनीर के क्यूब पावे, बहुत छोटे नहीं पाने, नॉर्मल क्यूब पाने, वो ऐड करांगे। थोड़ा जहा हम असं इसके दूध ऐड कर रहे हैं। देखो दूध ऐड करने के बाद कलर इसका चेंज हो गया है। पांच तो सात मिनट इसनों इसी तरह असी पकावांगे। पानी बिल्कुल सुख चुके है। थोड़ी जी हूँ असी इस एंड दे विच असी क्रीम ऐड करांगे। एंड भी थोड़ा जहा मक्खन भी ऐड करांगे। लो जी पालक पनीर बनके तैयार है। उम्मीद है तुसी इसनु बनाओगे, खाओगे ते खिलाओगे। सरमनमीत कौर सगुनु दियो इजाजत। धन्यवाद तुहाडा।